सहज बेटा मैं तैनू दस नहीं सकता अज मैं किन्ना खुश हाँ किन्ने सालों बाद मैं अपने देश परतिया बेटा तो तेरी जिंदगी का एक नवा सफर शुरू हो गया अज उस तू उस धरती ते पहुँच गए जो गुरुआं दी पीरां दी फकीरां दी धरती है यो धरती है जिथे सिखा ने अपनी शहादत दित्तियां सिक्खी दे वास्ते ते तू जिन्ने दिन मैं इत्थे रहेगा ना मैं तैनू हर उस जगह पर हर उस अस्थान पर लैके जावांगा ताकि तू जान सके कि सिक्खी का किरदार किन्ना सोहना है ते किन्नी चढ़दी कला च वसदी है सिक्खी चल असीं ज़्यादा देर नहीं करते मेरा दोस्त कुलवंत वेट करता होगा बाहर घंटी बज रही है जाके देख लो कौन आया बाहर घंटी लेट बजी आज दो बारी बज गई हूं घंटी मैं ही देख लेना फिर तो ओहो पता नहीं कौन आ गया आज कुलवंत वाहेगुरु जी का खालसा वाहेगुरु जी की फतेह वाहे खालसा वाहे फतेह बलवंत कुलवंत सिंह टिवाणा दा बचपन दा दोस्त आया कनाडा तो ओए होए 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 दिल खुश करता कितने साल हो गए यार आ देख तेरा भतीजा सहज ओहो हो सहज किड्डा बड़ा हो गया मैं जदों भी उन्हें फोटो च देखा ना मदरसा सिर्फ इन्ना ही लगता है असली च देखे एड्डा वड्डा मैं कॉल करता तैनू पता मेरी आदत आ कनाडा तो जम पा लै बच्चे का अंग्रेजी तो ठा ठा बोलता उन्हें बिना ब्रेका दे इंग्लिश से गल करता मैं भी थोड़ी जी ए बेटा व्हाट्सएप वाहेगुरु जी का खालसा वाहेगुरु जी की फतेह वाहे खालसा वाहे फतेह सो व्हाट्सएप विद यू मैं तेरी बहुत चढ़ती कला जा बहुत बढ़िया जी चंगा सिखा के लियो करो आओ आओ प्लीज कम 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 आ यार बलवंत किन्ने सालों बाद आया बैठ जा बस यार की दसी तन्नू ਇੰਨੇ ਛੋਟਾ ਜਿਹਾ ਬੈਗ ਮਤਲਬ ਕੈਨੇਡਾ ਤੋਂ ਆ ਕੇ ਵੀ ਵੱਡਾ ਲੈਣਾ ਸੀ ਸਟਰੋਲਰ ਨਾ ਕੋਈ ਚਲੋ ਖੈਰ ਮੈਂ ਇੱਕ ਗੱਲ ਬੋਲਣਾ ਚਾਹਾਂਗਾ ਬਲਵੰਤ ਭਾਵੇਂ ਤੇਰੇ ਬੱਚੇ ਦਾ ਜੰਮਪਾਲ ਕੈਨੇਡਾ ਦਾ ਹੈ ਪਰ ਪੰਜਾਬੀ ਬਹੁਤ ਵਧੀਆ ਬੋਲਦਾ ਯਾਰ ਕੁਲਵੰਤ ਤੂੰ ਤਾਂ ਜਾਣਦਾ ਹੀ ਹੈ ਅਸੀਂ ਕਿਹਨਾਂ ਹਾਲਾਤਾਂ 'ਚ ਪੰਜਾਬ ਤੋਂ ਬਾਹਰ ਗਏ ਸੀ ਪਰ ਮੇਰੀ ਦਿਲ ਦੀ ਚਾਹ ਸੀ ਕਿ ਆਪਣੇ ਬੱਚੇ ਨੂੰ ਆਪਣੇ ਸਿੱਖੀ ਦੇ ਨਾਲ ਅਤੇ ਆਪਣੇ ਵਿਰਸੇ ਦੇ ਨਾਲ ਜੋੜੀ ਰੱਖਾਂ ਸੋ ਗੁਰੂ ਦੀ ਮਿਹਰ ਹੈ ਬਸ ਬਹੁਤ ਵਧੀਆ ਬਹੁਤ ਵਧੀਆ ਬਹੁਤ ਅੱਛਾ ਲੱਗਿਆ ਮੈਨੂੰ ਸ਼ਾਬਾਸ਼ ਸਸਿਕਾਲ ਜੀ ਸਸਿਕਾਲ ਅਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਫਤਿਹ ਮੈਂ ਤੁਹਾਡੇ ਵਾਸਤੇ ਚਾਹ ਨਾਸ਼ਤਾ ਲੈ ਕੇ ਆਈ ਸੀ ਓਹੋ ਭਜਾਈ ਜੀ ਤੁਸੀਂ ਕੀ ਖੇਚਲ ਕਰੀ ਜਾਂਦੇ ਹੋ ਮੈਂ ਤਾਂ ਕਹਿ ਰਿਹਾ ਨਾ ਲਾ ਕੇ ਛਕੋ ਬੈਠੋ ਹਾਂਜੀ ਵੀਰ ਜੀ ਅੱਜ ਮੈਂ ਤੁਹਾਡੇ ਨਾਲ ਬੈਠ ਤਾਂ ਸਕਦੀ ਹਾਂ ਬਟ ਕੁਛ ਛੱਕ ਨਹੀਂ ਸਕਦੀ ਛੱਕ ਨਹੀਂ ਸਕਦੀ ਕਿਉਂ ਕੀ ਹੋ ਗਿਆ ਐਕਚੁਅਲੀ ਨਾ ਅੱਜ ਮੇਰਾ ਵਰਤ ਹੈਗਾ ਵਰਤ ਪਾਪਾ ਬੇਟਾ ਮੈਂ ਦੱਸਦਾ ਮਤਲਬ ਵਰਤ ਇਜ਼ ਇਕੁਅਲ ਟੂ ਫਾਸਟਿੰਗ ਯੋਰ ਚਾਚੀ ਕੀਪਿੰਗ ਫਾਸਟਿੰਗ ਫੋਰ ਮੀ ਫੋਰ ਮਾਈ ਟਾਲ ਏਜ ਮੇਰੀ ਉਮਰ ਲੰਬੀ ਹੋ ਜਾਏ ਉਹਦੇ ਲਈ ਇਹਨਾਂ ਨੇ ਵਰਤ ਰੱਖਿਆ ਹਾਂਜੀ ਇਹਨਾਂ ਦੀ ਲੰਬੀ ਉਮਰ ਵਾਸਤੇ ਵਰਤ ਰੱਖਿਆ ਭਾਵੇਂ ਮੈਂ ਕੁਛ ਖਾਵਾਂ ਭਾਵੇਂ ਨਾ ਖਾਵਾਂ ਮੇਰਾ ਢਿੱਡ ਭਰੇ ਭਾਵੇਂ ਨਾ ਭਰੇ ਕੀ ਫਰਕ ਪੈਂਦਾ ਹੈ ਇਹਨਾਂ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ ਬਸ ਦੇਖ ਯਾਰ ਬਲਵੰਤ ਮੈਂ ਤੈਨੂੰ ਸਮਝਾਇਆ ਬੜੀ ਵਾਰੀ ਮੈਂ ਕਿਹਾ ਦੇਖ ਤੇਰੇ ਵਰਤ ਰੱਖਣ ਨਾਲ ਨਾ ਕੋਈ ਮੇਰੀ ਉਮਰ 250-300-350 ਸਾਲ ਨਹੀਂ ਹੋ ਜਾਣੀ ਉੱਨੀ ਕੁ ਉੱਨੀ ਰਹਿਣੀ ਹੈ ਪਰ ਇਹ ਕਹਿੰਦੀ ਨਾ ਜੀ ਨਾ ਫਾਸਟਿੰਗਾਂ ਤੇ ਨੋ ਕੰਪਰੋਮਾਈਜ਼ ਮੰਨਦੀ ਨਹੀਂ ਮੇਰੀ ਗੱਲ ਨਾ ਰੱਖਿਆ ਕਰ ਨਾ ਇਹ ਫਾਸਟਿੰਗਾਂ ਕਰਿਆ ਕਰ ਦੇਖ ਹਟੀ ਨਹੀਂ ਹਟੀ ਨਾ ਹਟਦੀ ਨਹੀਂ ਹੈ ਮੰਨਦੀ ਨਹੀਂ ਹੈ ਮੈਂ ਕਹਿੰਦਾ ਵੀ ਹਾਂ ਚਲੋ ਕੋਈ ਗੱਲ ਨਹੀਂ ਫਿਰ ਮੈਂ ਹੁਣੇ ਕੁਛ ਖਾ ਕੇ ਨਾ ਆਪਣਾ ਵਰਤ ਖੋਲ ਲੈਂਦੀ ਹਾਂ ਇੱਦਾਂ ਨਹੀਂ ਕਰੀਦਾ ਹੁੰਦਾ ਜੋ ਰੱਖ ਲਿਆ ਉਹ ਨਹੀਂ ਚੱਕਣਾ ਵਰਤ ਉਹਨੂੰ ਹਮੇਸ਼ਾ ਇਸ ਤਰ੍ਹਾਂ ਕਰਦੇ ਹੋ ਤੁਸੀਂ ਗੱਲ ਗੱਲ ਤੇ ਗੁੱਸੇ ਹੋ ਕੇ ਪੈ ਜਾਂਦੀ ਹੈ ਬਸ ਕੋਈ ਨਹੀਂ ਮੈਂ ਜਾਣਦਾ ਤੈਨੂੰ ਕੋਈ ਨਹੀਂ ਯਾਰ ਤੇਰਾ ਉਹ ਬੇਟਾ ਨਹੀਂ ਦਿਖ ਰਿਹਾ ਯੂ ਮੀਨ IPS ਅਫਸਰ ਯਾਰ ਤੇਰੇ ਬੇਟੇ ਦੀ ਗੱਲ ਕਰ ਰਿਹਾ ਹਾਂ ਮਤਲਬ ਫਿਊਚਰ IPS ਅਫਸਰ ਟਿਵਾਨਾ ਦਾ ਸਨ IPS ਉਹ ਕਿਵੇਂ ਉਹ ਯਾਰ ਮੈਂ ਬਲਵੰਤ ਕੀ ਦੱਸਾਂ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਕੀ ਚੰਗਾ ਲੱਗਦਾ ਪਬਜੀ ਖੇਡ ਲਓ ਵੀਡੀਓ ਗੇਮ ਖੇਡ ਲਓ ਟਿਕਟੋਕ ਬਣਾ ਲਓ ਹੈ ਨਾ ਉਹਨੂੰ ਇਹ ਸਭ ਚੀਜ਼ਾਂ ਦਾ ਸ਼ੌਂਕ ਹੀ ਨਹੀਂ ਹੈ ਸੁਬਹਾ ਸੇ ਲੈ ਕੇ ਸ਼ਾਮ ਤੱਕ ਸ਼ਾਮ ਸੇ ਲੈ ਕੇ ਰਾਤ ਤੱਕ ਰਾਤ ਸੇ ਲੈ ਕੇ ਸੁਬਹਾ ਤੱਕ ਸੁਬਹਾ ਸੇ ਲੈ ਕੇ ਫਿਰ ਸ਼ਾਮ ਤੱਕ ਪੜ੍ਹਾਈ ਕਰਨੀ ਹੈ ਬਸ
ਅੱਛਾ ਜੀ। ਦੂਜਾ ਕੰਮ ਹੀ ਕਰੋ ਜਾਂਦਾ ਸਕੂਲ, ਸਕੂਲੋਂ ਪਹਿਲੀ ਟਿਊਸ਼ਨ, ਫਿਰ ਦੂਸਰੀ ਟਿਊਸ਼ਨ, ਫਿਰ ਤੀਸਰੀ, ਫਿਰ ਤੀਸਰੀ ਘਰ, ਫਿਰ ਉਸ ਤੋਂ ਬਾਅਦ ਫਿਰ ਸਕੂਲ। ਸਾਰਾ ਟਾਈਮ ਪੜ੍ਹਦਾ ਰਹਿੰਦਾ ਇਹੋ ਜਿਹੇ ਬੱਚੇ ਨੇ, ਕੀ ਕਰਨਾ ਹੈ ਲਾਈਫ 'ਚ? ਬਸ ਪੜ੍ਹ ਲਿਖ ਕੇ ਸੁਪਨੇ ਸਗਾਏ ਨੇ ਉਹਨੇ ਕਿ IPS ਅਫਸਰ ਬਣਨਾ, ਬਣ ਜਾਏ ਫਿਰ। ਸਹੀ ਹੈ, ਬਹੁਤ ਲਾਇਕ ਹੈ ਤੇਰਾ ਬੇਟਾ ਤੇ। ਬਿਲਕੁਲ, ਆਪਣੇ ਡੈਡੀ ਵਰਗਾ, ਟਿਵਾਣਾ ਵਰਗਾ। ਤੇਰੇ ਮਜ਼ਾਕ ਕਰਨ ਦੀ ਆਦਤ ਨਹੀਂ ਗਈ ਟਿਵਾਣੇ ਹੁਣ ਤੱਕ ਵੀ? ਕਿੰਨੇ ਸਾਲ ਹੋ ਗਏ। ਮੈਂ ਕਹਿ ਰਿਹਾ ਸੀਗਾ ਕਿ ਤੁਹਾਨੂੰ ਲੈ ਕੇ ਚੱਲਦਾ ਗੁਰਦੁਆਰਾ ਸਾਹਿਬ, ਮੈਂ ਆਪਣੀ ਟੀਮ ਨਾਲ ਮਿਲਾਉਣਾ ਬਈ। ਅਸੀਂ ਉੱਥੇ ਨਾ ਬੜੇ ਵਧੀਆ ਵਧੀਆ ਕਾਰਜ ਕਰ ਰਹੇ ਹਾਂ, ਬੜੇ ਵੱਡੇ ਉਪਰਾਲੇ ਕਰ ਰਹੇ ਹਾਂ ਸੰਗਤ ਦੇ ਲਈ। ਅੱਛਾ, ਹਾਂ, ਤੁਸੀਂ ਚੱਲੋ ਸਾਡੇ ਨਾਲ ਬਲਵੰਤ, ਅਤੇ ਮੈਂ ਤੈਨੂੰ ਮਿਲਵਾਉਣਾ ਆਪਣੀ ਹੋਣਹਾਰ ਟੀਮ ਦੇ ਨਾਲ। ਸਹਿਜ ਬੇਟਾ, ਇੱਦਾਂ ਕਰ, ਤੂੰ ਆਰਾਮ ਕਰ ਲੈ, ਥੱਕ ਕੇ ਹੋਏਗਾ ਬਹੁਤ ਜ਼ਿਆਦਾ। ਨਹੀਂ ਪਾਪਾ, ਮੈਂ ਵੀ ਤੁਹਾਡੇ ਨਾਲ ਹੀ ਚੱਲਦਾ, ਵੈਸੇ ਮੈਨੂੰ ਨੀਂਦ ਵੀ ਨਹੀਂ ਆ ਰਹੀ, ਅਤੇ ਇੱਥੇ ਇਕੱਲਾ ਮੈਂ ਬੋਰ ਹੀ ਹੋ ਜਾਵਾਂਗਾ। ਬੇਟਾ ਦੇਖ ਲੈ, ਅੰਦਰ ਨਵਾਂ AC ਲਗਵਾਇਆ 2 ਟਨ ਦਾ, ਠੰਡੀ ਹਵਾ ਸੁੱਟਦਾ ਹੀ ਨਹੀਂ, ਨੀਰੀ ਬਰਫ਼ ਸੁੱਟਦਾ, ਤਲਾ ਕੇ ਓਨ ਕਰਕੇ ਪੈ ਜਾ, ਸੋਦਾ ਫੁੱਟ ਜੇ। ਨਹੀਂ ਪਾਪਾ। ਓ ਨਹੀਂ ਯਾਰ, ਕੁਲਵੰਤ ਤੈਨੂੰ ਨਾਲ ਲੈ ਚੱਲਣਾ, ਵੈਸੇ ਵੀ ਸਫ਼ਰ ਕਰਕੇ ਇਹਨੂੰ ਜੈਟ ਲੈਗ ਹੋਇਆ ਹੋਣਾ, ਕਿੱਥੇ ਨੀਂਦ ਆਉਣੀ। ਨਹੀਂ, ਜੈਟ ਲੈਗ ਤਾਂ ਹੋਇਆ ਹੋਣਾ, ਮੈਂ ਇੱਧਰੋਂ ਫਗਵਾੜਿਓ ਰੋਪੜ ਜਾਣਾ ਤਾਂ ਜੈਟ ਲੈਗ ਹੋ ਜਾਂਦਾ ਮੈਨੂੰ ਟਰੈਫਲ ਕਰਕੇ, ਤਾਂ ਫਿਰ ਕਿੰਨੇ ਥੱਪ ਆਇਆ, ਹੋ ਜਾਂਦਾ ਕੋਈ ਨਹੀਂ, ਮੇਰੀ ਆਦਤ ਨਹੀਂ ਗਈ। ਅੱਛਾ ਆਪਾਂ ਚੱਲੀਏ? ਹਾਂ ਚਲੋ ਬੈਗ ਵੀ ਲੈ ਚੱਲਦੇ ਨਾ। ਹਾਂ ਥੈਂਕ ਯੂ, ਆਜੋ ਮੈਂ ਚੁੱਕ ਲੈਣਾ, ਬੜਾ ਭਾਰੀ ਬੈਗ ਹੈ ਵੀਰੇ। ਬਸ ਯਾਰ ਚਲੋ ਸੰਘਰਸ਼ ਕਰੋ, ਹਮ ਤੁਹਾਰੇ ਪਿੱਛੇ ਹੈ। ਆਪਾਂ ਤੁਮ ਸੰਘਰਸ਼ ਕਰੋ, ਹਮ ਤੁਹਾਰੇ ਪਿੱਛੇ ਹੈ। ਉਹ ਦੇਖੋ ਹਨਾ, ਜਾ ਜੁੜ ਰਿਹਾ, ਜਾ ਇਧਰੋਂ ਚੱਲਦੇ ਆਪਾਂ, ਨਾ ਜਾ ਜੁੜ ਰਿਹਾ ਉਧਰ। ਓਏ ਇੱਕ ਮਿੰਟ, ਯਾਰ ਤੇਰਾ ਬੇਟਾ ਨਹੀਂ ਹੁਣ ਹੈ? ਹਾਂ ਨਹੀਂ, ਆਪਾਂ ਉਧਰ ਚੱਲਦੇ ਨਾ, ਉਧਰ ਦੇਖਦੇ ਜਾ ਦੇਖਦੇ। ਯਾਰ ਤੇਰਾ ਬੇਟਾ ਹੀ ਹੈ, ਮੈਂ ਉਹਦੀ ਫੋਟੋਆਂ ਦੇਖੀਆਂ ਸੀਗੀਆਂ। ਯਾਰ ਮੈਂ ਸਮਝ ਗਿਆ ਬਲਵੰਤ, ਤੈਨੂੰ ਵੀ ਹੋਈ ਕਨਫਿਊਜ਼ਨ ਹੋ ਗਿਆ। ਇੰਡੀਆ ਵਿੱਚ ਨਾ ਕੀ ਹੁੰਦਾ ਕਿ ਜੋ ਫੇਮਸ ਪਰਸਨੈਲਿਟੀਜ਼ ਹੁੰਦੀਆਂ ਨਾ, ਉਹਨਾਂ ਦੇ ਡੁਪਲੀਕੇਟ ਬਣ ਜਾਂਦੇ। ਸਲਮਾਨ ਖਾਨ ਦਾ, ਸਚਿਨ ਤੇਂਦੁਲਕਰ ਦਾ, ਕਟਰੀਨਾ ਕੈਫ ਦਾ, ਐਟੀਵਾਨਾ ਦਾ, ਸਨ ਦਾ ਨਾ ਇਹਨਾਂ ਨੇ ਬਣਾ ਦਿੱਤਾ ਡੁਪਲੀਕੇਟ। ਕਹਿੰਦੇ ਫਿਊਚਰ IPS 70 ਫੇਮਸ ਹੋ ਜਾਏਗਾ ਕੱਲ ਨੂੰ, ਤੇ ਅਸੀਂ ਅੱਜ ਹੀ ਬਣਾ ਲੈਣੇ ਡੁਪਲੀਕੇਟ। ਬੇਟਾ ਚੱਲ ਆਪਾਂ ਚੱਲਦੇ। ਨਹੀਂ ਯਾਰ ਤੇਰਾ ਬੇਟਾ ਹੀ ਆ, ਬੇਟਾ ਇੱਧਰ ਆ ਇੱਕ ਮਿੰਟ। ਬੇਟਾ ਨਾ ਆਈ, ਇੱਕ ਮਿੰਟ ਆ। ਹਾਂਜੀ ਅੰਕਲ ਜੀ। ਬੇਟਾ ਕੌਣ ਨੇ? ਇਹ ਤੇ ਮੇਰੇ ਡੈਡੀ ਹੈ ਜੀ। ਹਾਂਜੀ ਟਿਮਾਣਾ ਸਾਹਿਬ, ਆਪਾਂ ਗੱਲ ਕਰਕੇ ਫੈਸਲਾ ਕਰ ਲੈਣੇ ਥੋੜਾ ਜਿਹਾ। ਕਰੋ ਉਧਰ, ਓਕੇ ਹੈ। ਕੀ ਚੱਲ ਰਿਹਾ, ਸੰਘਰਸ਼ ਕਰੋ ਤੁਹਾਡੇ ਸਾਥ, ਕੀ ਚੱਲ ਰਿਹਾ? ਟਿਮਾਣਾ ਸਾਹਿਬ, ਜਿਹੜੀ ਮੈਂ ਗੱਲ ਗਈ ਸੀ ਨਾ, ਤੁਸੀਂ ਨਾ ਹਜੇ ਤੱਕ ਪੂਰੀ ਨਹੀਂ ਕੀਤੀ ਹੈ। ਕਿਹੜੀ ਗੱਲ ਪੂਰੀ ਨਹੀਂ ਕੀਤੀ ਮੈਂ? ਉਹ ਤੁਸੀਂ ਮੈਨੂੰ ਹਾਰਲੀ ਡੇਵਿਡਸਨ ਲੈ ਕੇ ਦਿੱਤੀ ਨਹੀਂ। ਕੀ ਹਾਰਲੀ ਡੇਵਿਡਸਨ? ਤੇ ਬਸ ਦਾਸ ਤੇ ਬੈਠਾ ਅਨਸ਼ਨ ਤੇ, ਤੇ ਦਾਸ ਤੇ ਕਦੀ ਉਠੂ ਜੇ ਦਾਸ ਕਲੂਗੀ ਹਾਰਲੀ ਤੇ ਡੇਵਿਡ ਤੇ ਸਨ। ਓਹੋ ਵੀਰ ਜੀ, ਦੇਖਿਆ ਤੁਸੀਂ, ਟਿਵਾਨਾ ਤੇ ਸਾਨੂੰ ਡੇਵਿਡ ਸਨ ਚਾਹੀਦੀ ਹੈ। ਟਿਵਾਨਾ ਸਾਹਿਬ, ਚਲੀਏ ਕਿਤੇ ਜਾ ਰਹੇ ਸੀ, 2 ਮਿੰਟ ਫੈਮਿਲੀ ਮੈਟਰ ਡਿਸਕਸ ਹੋ ਰਹੇ ਬਸ। ਬੇਟ ਬੇਟਾ ਤੂੰ ਇਦਾਂ ਨਾ, ਤੂੰ ਜਾ ਦੇ ਕੈਨੇਡਾ 'ਚ, ਤੇ ਰੋਡਵੇਜ਼ ਦੀ ਬੱਸਾਂ 'ਚ ਧੱਕੇ ਖਾਂਦੇ, ਤੇ ਜਾ ਦੇਖ ਲਓ ਇੰਡੀਆ 'ਚ। ਤੂੰ ਮੰਨਦਾ ਕਿ ਨਹੀਂ ਮੰਨਦਾ ਮੇਰੀ ਗੱਲ? ਤੁਸੀਂ ਵੀ ਮੰਨ ਜਾਓ ਮੇਰੀ ਗੱਲ ਫਿਰ। ਤੂੰ ਹੱਟਦਾ ਕਿ ਨਹੀਂ ਹੱਟਦਾ? ਤੁਸੀਂ ਵੀ ਨਹੀਂ ਹੱਟ ਰਹੇ ਫਿਰ। ਇੱਕ ਮਿੰਟ ਇਹਦੇ ਬਾਂਹ ਦਿਖਾਈ ਚਲੋ। ਹਾਂ ਹੁਣ ਚਲੋ, 1 2 3 4 ਬੰਦ ਕਰੋ ਇਹ ਅਤਿਆਚਾਰ, 1 2 3 4 ਬੰਦ ਕਰੋ ਇਹ ਅਤਿਆਚਾਰ। ਬੇਟਾ ਪੀਸ ਪੀਸ ਪੀਸ, ਸ਼ਾਂਤੀ ਬੇਟਾ, ਸ਼ਾਂਤੀ। ਚਿੱਟਾ ਰੁਮਾਲ ਵੀ ਦੇਤਾ ਹੈ ਬੇਟਾ, ਚਿੱਟਾ ਰੁਮਾਲ ਸ਼ਾਂਤੀ ਦਾ ਪ੍ਰਤੀਕ। ਯਾਰ ਆ ਪੈ ਜਾ ਬੈਲ ਨੇ, ਚਿੱਟਾ ਦਿਖਾਤਾ ਪੀਸ। ਥੈਂਕ ਯੂ ਬੇਟਾ, ਥੈਂਕ ਯੂ। ਬੇਟਾ ਇਦਾਂ ਕਰ, ਇਹ ਨਾ ਮੇਰੇ ਦੋਸਤਾਂ ਸਾਹਮਣੇ ਮੇਰਾ ਜਲੂਸ ਨਾ ਕਢਵਾ, ਤੂੰ ਮੰਨ ਜਾ ਮੇਰੀ ਗੱਲ ਨੂੰ। ਤੇ ਤੁਸੀਂ ਮੇਰਾ ਕਿਉਂ ਜਲੂਸ ਕਢਾ ਰਹੇ ਹੋ? ਮੇਰੇ ਦੋਸਤਾਂ ਸਾਹਮਣੇ ਬੰਦੇ ਦੀ ਵੀ ਕੁਝ ਇੱਜ਼ਤ ਹੁੰਦੀ ਹੈ, ਤੁਸੀਂ ਸਾਰੀ ਮੁਕਾਤੀ। ਬਾਅਦ ਚ ਮੈਨੂੰ ਕਹਿੰਦੇ ਕਿ ਤੇਰਾ ਬੇ ਹਾਰਲੀ ਡੇਵਿਡਸਨ ਨਹੀਂ ਲੈ ਕੇ ਦੇ ਸਕਦਾ। ਅੱਛਾ ਚੱਲ, ਮੈਂ ਤੇਰੀ ਗੱਲ ਮੰਨ ਗਿਆ, ਠੀਕ ਹੈ, ਤੈਨੂੰ ਲੈ ਦਵਾਂਗਾ। ਫਿਰ ਤਾਂ ਮੈਂ ਵੀ ਤੁਹਾਡੀ ਗੱਲ ਮੰਨ। ਅੱਛਾ ਤੋੜ ਦਿੰਦੇ ਆ ਅਸੀਂ ਅਨਸ਼ਨ। ਓ ਚਲੋ ਟਿਵਾਣਾ ਸਾਹਿਬ, ਸਾਡੀ ਗੱਲ ਮੰਨ ਗਏ, ਅਸੀਂ ਜੰਗ ਜਿੱਤ ਗਏ। ਹਾਂ ਬੇਟਾ, ਥੈਂਕ ਯੂ, ਅਨਸ਼ਨ ਤੋੜ ਦਿੰਦੇ ਆ। ਥੈਂਕ ਯੂ ਬੇਟਾ, ਥੈਂਕ ਯੂ, ਪਲੀਜ਼ ਪਲੀਜ਼। ਹੈ ਨਾ ਮੇਰਾ ਫਰੈਂਡ ਆਇਆ ਖਾਸ ਕੈਨੇਡਾ ਤੋਂ, ਇਹਨੂੰ 2 ਮਿੰਟ ਲਈ ਬਸ ਮਿਲਿਆ, ਤੇ ਨਾ ਥੋੜਾ ਇੰਪਰੈਸ਼ਨ ਥੋੜਾ ਅੱਛਾ ਰਿਹਾ, ਬੇਇੱਜ਼ਤੀ ਨਾ ਕਰਾਂਗੇ ਇੱਥੇ। ਕੈਨੇਡੀਅਨ ਟਿਵਾਣਾ ਦਾ ਸਨ IPS ਅਫਸਰ, ਫਿਊਚਰ IPS ਅਫਸਰ। ਸਵੇਰੇ ਵੀ ਵੇਲਾ ਮੈਂ, ਸ਼ਾਮੀ ਵੀ ਵੇਲਾ, ਸਵੇਰੇ ਵੀ ਵੇਲਾ ਮੈਂ, ਸ਼ਾਮੀ ਵੀ ਵੇਲਾ, ਵੇਲਾ ਹੀ ਵੇਲਾ, ਵੇਲਾ ਹੀ ਵੇਲਾ, ਟਿਵਾਣਾ ਦਾ ਸਨ ਵੇਲਾ ਹੀ ਵੇਲਾ। ਯਾ ਹੈ ਬ੍ਰੋ, ਹੈ ਬ੍ਰੋ, ਚਾਚਾ ਜੀ ਸਤਿ ਸ੍ਰੀ ਅਕਾਲ। IPS
ਫਿਊਚਰ ਫਿਊਚਰ ਚ ਆਈ ਪੀ ਐਸ ਹਾਲ ਇਨ ਦਾ ਮੇਕਿੰਗ ਹੈ ਨਾ। ਹਾਂਜੀ ਤੁਸੀਂ ਦੱਸਿਆ ਸੀ ਨਾ ਕਿ ਇੰਡੀਆ ਵਿੱਚ ਪੰਜਾਬ ਅੰਦਰ ਪੰਡ ਵੀ ਹੁੰਦੇ ਨੇ, ਕਿਤੇ ਉਹੀ ਤਾਂ ਨਹੀਂ ਹੈਗਾ ਪਿਵਾਣਾ ਸਾਹਿਬ ਖੁਸ਼ਵੰਤ ਸਿੰਘ ਪਿਵਾਣਾ ਜੀ? ਖੁਸ਼ਵੰਤ ਨਹੀਂ ਬੇਟਾ, ਕੁਲਵੰਤ ਸਿੰਘ ਟਿਵਾਣਾ, ਬਾਪੂ ਦਾ ਨਾਂ ਵੀ ਭੁੱਲ ਜਾਂਦਾ ਹੈ। ਸੋਰੀ ਸੋਰੀ, ਕੁਲਵੰਤ ਸਿੰਘ ਟਿਵਾਣਾ ਜੀ ਇਹ ਕੀ ਹੋ ਰਿਹਾ ਇੱਥੇ? ਕੁਲਵੰਤ ਸਿੰਘ ਟਿਵਾਣਾ ਦੇ ਰੌਕਸਟਾਰ ਮੁੰਡੇ ਦੀ ਬੇਇੱਜ਼ਤੀ ਕਰ ਰਿਹਾ, ਤੁਹਾਡਾ ਖੂਨ ਨਹੀਂ ਖੋਲ ਰਿਹਾ, ਮੈਂ ਤੇ ਨਹੀਂ ਛੱਡਣਾ ਇਹਨੂੰ। ਅੱਛਾ ਬੇਟਾ ਬਸ, ਮੇਰਾ ਨਾ ਹਾਈ ਬੀਪੀ ਬੜਾ ਹਾਈ ਹੋ ਗਿਆ, ਤੂੰ ਸਕੂਲ ਜਾ ਪੜ੍ਹਾਈ ਕਰ, ਮੈਂ ਸਬਕ ਸਿਖਾਵਾਂਗਾ, ਠੀਕ ਹੈ? ਟਿਵਾਣਾ ਸਾਹਿਬ ਸਕੂਲ ਜਾ ਕੇ ਪੜ੍ਹਾ, ਆ ਗਿਆ ਬਸ, ਸਕੂਲ ਜਾ ਕੇ ਪੜ੍ਹਾਈ ਕਰ, ਠੀਕ ਹੈ? ਮੈਂ ਵੀ ਟਿਵਾਣਾ ਦਾ ਸਣਾ ਤੇ ਅਸੀਂ ਕਮਿਟਮੈਂਟ ਕਰ ਦਿੱਤੀ ਹੈ ਦੋਸਤਾਂ ਨੂੰ, ਹੁਣ ਸਕੂਲ ਤੇ ਤਾਂ ਨਹੀਂ ਜਾਣਾ, ਸਾਡੇ ਥੱਲੇ ਹੋਏਗੀ ਅਰਲੀ ਡਿਵਿਡਸਨ। ਆਈਪੀਐਸ ਲੈਟਸ ਗੋ ਯਾ। ਆ ਗਏ ਗੁਰਦਾਰ ਸਾਹਿਬ, ਮੇਰੀ ਟੀਮ ਆ ਗਈ। ਕੀ ਕਰਦੇ ਹੋ ਥੱਲੇ ਗੁਰਦਾਰ ਸਾਹਿਬ? ਇਹ ਹੈ ਟਿਵਾਣਾ ਦਾ ਨਿਮਾਣਾ ਤੇ ਇਹ ਹੈ ਟਿਵਾਣਾ ਦਾ ਦੀਵਾਨਾ। ਟਿਵਾਣਾ ਤੇਰਾ ਦੀਵਾਨਾ ਹੈ? ਨਹੀਂ ਮੇਰਾ ਦੀਵਾਨਾ ਨਹੀਂ ਹੈ, ਇਹਦਾ ਨਾਂ ਦੀਵਾਨਾ ਤੇ ਇਹਦਾ ਨਾਂ ਨਿਮਾਣਾ ਹੈ। ਕਿੱਦਾਂ ਦੀਆਂ ਗੱਲਾਂ ਕਰਦੇ ਹੋ ਬਲਵੰਤ ਜੀ? ਆਓ ਬੈਠੋ ਬੈਠੋ ਬੈਠੋ, ਪਲੀਜ਼ ਪਲੀਜ਼ ਪਲੀਜ਼। ਮੇਰੇ ਬਚਪਨ ਦਾ ਦੋਸਤ ਬਲਵੰਤ ਅੱਜ ਹੀ ਕੈਨੇਡਾ ਤੋਂ ਆਇਆ, ਕੈਨੇਡਾ ਤੋਂ। ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਪਾਸਤਾ ਜ਼ਰੂਰ ਲਿਆਈ ਕੈਫੇ ਵਾਲਿਆਂ ਕੋਲੋਂ, ਬਹੁਤ ਫੇਵਰੇਟ ਹੈ। ਨਾਲੇ ਪ੍ਰਧਾਨ ਸਾਹਿਬ ਦੇ ਖਾਸ ਮਿੱਤਰ ਆਏ ਨੇ, ਉਹ ਵੀ ਕੈਨੇਡਾ ਤੋਂ। ਹੋਰ ਸੁਣਾਓ ਭਾਜੀ, ਕੈਨੇਡਾ ਦੇ ਗੁਰਦੁਆਰਿਆਂ ਦੀ ਗੋਲਕਾਂ ਵੀ ਇੰਨੀ ਵੱਡੀਆਂ ਹੁੰਦੀਆਂ ਜਿੰਨੀ ਸਾਡੇ ਇੱਧਰ ਹੁੰਦੀ? ਗੋਲਕਾਂ ਦੀਆਂ ਗੱਲਾਂ ਸ਼ੁਰੂ। ਕੁਲਵੰਤ ਬੋਲ ਲੈਣ ਦੇ ਨਾ ਨੂੰ, ਜੋ ਦਿਲ ਵਿੱਚ ਹੋਏਗਾ ਉਹੀ ਤੇ ਜ਼ਬਾਨ ਤੇ ਨਿਕਲੇਗਾ। ਅੱਛਾ ਅੱਛਾ ਛੱਡੋ, ਆਪਾਂ ਹੁਣ ਟੌਪਿਕ ਤੇ ਆਉਂਦੇ ਹਾਂ। ਮੈਂ ਬਲਵੰਤ ਨੂੰ ਇੱਥੇ ਲੈ ਕੇ ਆਇਆ ਕਿ ਇਹਨੂੰ ਪਤਾ ਲੱਗੇ ਕਿ ਅਸੀਂ ਕਿੰਨੇ ਵੱਡੇ ਵੱਡੇ ਉਪਰਾਲੇ ਕਰ ਰਹੇ ਹਾਂ। ਅਤੇ ਸਵੇਰੇ ਤੁਸੀਂ ਅਨਾਊਂਸਮੈਂਟ ਕੀਤੀ, ਫਿਰ ਕੀ ਰਿਪੋਰਟ ਕੀ ਆ ਉਹਦੀ? ਰਿਪੋਰਟ ਤਾਂ ਇਕਦਮ ਵਧੀਆ ਪ੍ਰਧਾਨ ਸਾਹਿਬ, ਅਸੀਂ ਐ ਅਨਾਊਂਸਮੈਂਟ ਕੀਤੀ ਹੈ ਐਤਕੀ ਸਾਡੇ 500 ਸਾਲਾਂ ਸਭ ਤੋਂ ਵੱਡਾ ਗੁਰਪੁਰਬ ਸਾਡੇ ਗੁਰਦੁਆਰੇ ਮਨਾਇਆ ਜਾਏਗਾ, ਕਿਸੇ ਹੋਰ ਗੁਰਦੁਆਰੇ 'ਚ ਨਹੀਂ ਹੋਣਾ। ਨਾਲੇ ਇੱਥੇ ਤਾਂ ਮਹੀਨਿਆਂ ਤੱਕ ਲੰਗਰ ਲੱਗਣਗੇ, ਵੱਡੇ ਵੱਡੇ ਸਟੋਲ, ਵਧੀਆ ਵਧੀਆ ਡਿਸ਼ਿਸ, ਛੋਲੇ ਭਟੂਰੇ, ਚੌਮਿਨ ਕੀ, ਇੱਥੇ ਪਾਸਤਾ ਪਾਸਤਾ ਪੀਜ਼ਾ ਪਾਸਤਾ ਮਿਲੇਗਾ, ਸਵਾਦ ਪਾਸਤਾ ਖਾਣਾ। ਪਰ ਇਹ ਸਭ ਹੋਏਗਾ ਕਿਵੇਂ? ਇਹ ਸਾਰਾ ਪੈਸਾ ਕਿੱਥੋਂ ਆਏਗਾ? ਅਰੇ ਸੰਗਤ ਜੀ, ਆਪ ਪਿਆਰ ਨਾਲ, ਆਪ ਦੇ ਸਹਿਯੋਗ ਨਾਲ, ਸੋਨਾ ਲੱਭ ਗਿਆ ਉੱਥੇ, ਕੈਸ਼ ਬਜ਼ੁਰਗਾਂ ਨੇ ਤਾਂ ਏਟੀਐਮ ਕਾਰਡ, ਕ੍ਰੈਡਿਟ, ਉਹ ਇੱਕ ਤਾਂ ਪੈਨ ਕਾਰਡ ਵੀ ਦੇ ਗਿਆ ਆਪਣਾ ਤੇ ਪਿੰਨ ਦੇ ਗਿਆ ਨਾ ਕਾਰਡ ਵਗੈਰਾ ਨਾਲ, ਨੋਟ ਕਰ ਲਿਆ ਸੀ। ਮੈਂ ਕਹਿੰਦਾ ਪੁੱਛੋ ਪੁੱਛਣਾ, ਔਰ ਨਾਲੇ ਤੁਸੀਂ ਕਹਿ ਰਹੇ ਸੀ ਨਾ ਬਿਲਡਿੰਗ ਬਿਲਡਿੰਗ ਰੈਨੋਵੇਟ, ਹਾਂ ਰੈਨੋਵੇਟ ਕਰਾਣੀ ਹੈ। ਕੀ ਹੋ ਗਈ? ਮੈਂ ਕਹਿੰਦਾ ਹੁਣ ਰੈਨੋਵੇਟ ਕੀ, ਦੋ ਮਾਲੇ ਹੋਰ ਪਾ ਲਓ, ਨਵਾਂ ਏਸੀ। ਕੀ ਬਾਤ ਹੈ, ਕੈਸ਼ ਇਕੱਠਾ ਹੋ ਗਿਆ, ਦੇਖ ਲਓ ਤਿਆਰੀ ਕੀ ਹੋ ਗਈ ਨਾ। ਹਾਂ ਹਾਂ, ਮੈਨੂੰ ਤਾਂ ਲੱਗ ਰਿਹਾ ਸੀ, ਮੈਂ ਕਿਹਾ ਕਿੱਥੇ ਸਾਨੂੰ ਚਾਰ ਬੰਦੇ ਪੈਸੇ ਗਿਣਤੀ ਕਰਨ ਲਈ ਰੱਖਣੇ ਪੈਣੇ। ਉਹ ਤੂੰ ਹੋ ਗੱਲਾਂ ਛੱਡ, ਸੋਨੇ ਦੀ ਪਾਲਕੀ ਦਾ ਕੀ ਹੋਇਆ ਉਹ ਦੱਸ। ਸੋਨੇ ਦੀ ਪਾਲਕੀ ਸਾਹਿਬ, ਮੈਂ ਕਹਿੰਦਾ ਪ੍ਰਧਾਨ ਸਾਹਿਬ ਤੁਸੀਂ ਇੱਕ ਬਣਾਉਣ ਨੂੰ ਕਹਿ ਰਹੇ ਸੀ ਨਾ, ਇੱਕ ਛੱਡ ਕੇ ਦੋ ਬਣਾਓ, ਇੰਨਾ ਇੰਨਾ ਪੈਸਾ, ਇੰਨਾ ਸੋਨਾ, ਭਾਜੀ ਸੁਣ ਰਹੇ ਹੋ, ਅੰਨਾ ਸੋਨਾ ਅੰਨਾ, ਤਾਂ ਵੀ ਬਚ ਜਾਏਗਾ ਪ੍ਰਧਾਨ ਸਾਹਿਬ। ਕਿਆ ਬਾਤ ਹੈ, ਤੁਸੀਂ ਇਹ ਹੋਈ ਨਾ ਗੱਲ, ਸ਼ਾਬਾਸ਼, ਮੈਨੂੰ ਆਪਣੀ ਟੀਮ ਤੇ ਪੂਰਾ ਯਕੀਨ ਸੀ। ਨਾਲੇ ਤੂੰ ਕਹਿ ਰਿਹਾ ਸੀ ਕਿ ਕੱਲ ਕੋਈ ਬੰਦਾ ਆਇਆ ਸੀ ਬੇਨਤੀ ਲੈ ਕੇ। ਬੰਦਾ ਪ੍ਰਧਾਨ ਸਾਹਿਬ ਉਹ ਨਾ ਕੱਲ ਆਇਆ ਤਾਂ ਸੀਗਾ, ਪਰ ਨਾ ਉਹ ਅੱਜ ਕਹਿ ਤਾਂ ਰਿਹਾ ਸੀ ਮੈਂ ਦੁਬਾਰਾ ਆਵਾਂਗਾ। ਚਲੋ ਠੀਕ ਹੈ, ਜੇ ਆ ਜਾਏ ਨਾ ਉਹ ਬੰਦਾ ਤੇ ਮੇਰੀ ਉਹਦੇ ਨਾਲ ਗੱਲ ਕਰਾ ਦੇਣਾ, ਮੈਂ ਇਹਨਾਂ ਨੂੰ ਵੀ ਦੱਸ ਦਵਾਂ ਕਿ ਕਿੱਡੇ ਆਈ ਗਿਆ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿ ਫਤਿਹ। ਵੀਰ ਜੀ ਮੈਂ ਤੁਹਾਨੂੰ ਇੱਕ ਛੋਟੀ ਜੀ ਬੇਨਤੀ ਲੈ ਕੇ ਆਇਆ ਸੀ। ਤੇ ਬੇਨਤੀਆਂ ਲਈ ਤਾਂ ਇੱਥੇ ਬੈਠੇ ਆ ਸੀ, ਦੱਸੋ। ਵੀਰ ਜੀ ਮੈਂ ਕਹਿ ਰਿਹਾ ਸੀ ਕਿ ਮੇਰੇ ਮੁੰਡੇ ਨੇ ਨਾ 12ਵੀਂ ਪਾਸ ਕਰ ਲਈ। ਦੇਖਿਆ ਸਾਡੇ ਇਲਾਕੇ ਦੇ ਬੱਚੇ ਸਭ ਤੋਂ ਜ਼ਿਆਦਾ ਪੜ੍ਹਦੇ ਨੇ, ਹਾਈਅਰ ਸਟੱਡੀ ਕਰਦੇ ਨੇ, 12ਵੀਂ ਪੜ੍ਹ ਗਿਆ ਇਹਦਾ ਬੱਚਾ, 12ਵੀਂ ਪੜ੍ਹ ਗਿਆ। ਮਿਠਾਈ ਕਿੱਥੇ ਆ?
ਵੀਰ ਜੀ ਮਿਠਾਈ ਵੀ ਖਵਾ ਦਾਂਗਾ। ਮੈਂ ਕਹਿ ਰਿਹਾ ਸੀ ਕਿ ਬਾਰਵੀਂ ਤਾਂ ਉਹਨੇ ਪਾਸ ਕਰ ਲਈ ਹੈ ਪਰ ਹੁਣ ਨਾ ਡਾਕਟਰ ਬਣਨਾ ਚਾਹੁੰਦਾ। ਸਾਡੇ ਏਰੀਆ ਦੇ ਬੱਚੇ ਦੇਖੋ ਕਿੰਨਾ ਪੜ੍ਹਦੇ, ਡਾਕਟਰ ਬਣਨਾ ਚਾਹੁੰਦਾ ਇਹਦਾ ਬੱਚਾ। ਡਾਕਟਰ ਬੇਟਾ ਮੇਰੀ ਗੱਲ ਸੁਣ ਵੀਰ, ਤੇਰਾ ਬੱਚਾ ਡਾਕਟਰ ਬਣ ਗਿਆ। ਸਾਡੀ ਇੱਥੇ ਡਿਸਪੈਂਸਰੀ ਖਾਲੀ ਪਈ ਹੈ, ਉੱਥੇ ਸਾਨੂੰ ਇੱਕ ਡਾਕਟਰ ਚਾਹੀਦਾ ਵੀ ਸੀ ਫ੍ਰੀ ਸੇਵਾ ਕਰਨ ਲਈ। ਉਹਨੂੰ ਡਾਕਟਰੀ ਕਰਾ, ਫ੍ਰੀ ਸੇਵਾ ਕਰਾ। ਨਹੀਂ ਵੀਰ ਜੀ, ਤੁਸੀਂ ਸਮਝਦੇ ਰਹੇ, ਮੈਂ ਕਹਿ ਰਿਹਾ ਕਿ ਡਾਕਟਰ ਤੇ ਬੰਦਾ ਚਾਹੁੰਦਾ ਪਰ ਮਾਇਆ ਦਾ ਪ੍ਰਬੰਧ ਨਹੀਂ ਹੋ ਪਾ ਰਿਹਾ। ਜੇ ਤੁਸੀਂ ਥੋੜੀ ਮਦਦ ਕਰ ਦਿੰਦੇ ਤੇ ਟਾਟਾ ਬਹੁਤ ਭਲਾ ਹੁੰਦਾ। ਤੁਸੀਂ ਤੇ ਜਾਣਦੇ ਹੋ ਕਿ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਹੈ, ਜੇ ਤੁਸੀਂ ਥੋੜੀ ਮਦਦ ਕਰ ਦੋ। ਬਸ ਕਰ, ਬਸ ਕਰ, ਤੇਰਾ ਦੁੱਖ ਮੇਰੇ ਕੋਲੋਂ ਹੋਰ ਦੇਖਿਆ ਨਹੀਂ ਜਾਂਦਾ। ਉਹ ਇਹ ਚਾਹੁੰਦਾ ਹੈ ਕਿ ਇਹਦਾ ਬੱਚਾ ਵੀ ਅੱਛਾ ਪੜ੍ਹ ਲਿਖ ਕੇ ਸਾਡੇ ਵਾਂਗੂ ਕਾਮਯਾਬ ਹੋ ਜਾਏ, ਸਾਡੇ ਵਾਂਗੂ ਲਾਇਕ ਬਣ ਜਾਏ, ਪਰ ਕੋਈ ਇਸਦੀ ਮਦਦ ਨਹੀਂ ਕਰਦਾ। ਪਰ ਟਿਵਾਨਾ ਕਰੇਗਾ ਤੇਰੀ ਮਦਦ, ਹੁਣੇ ਤੇ ਹੁਣੇ ਕਰੇਗਾ ਫੋਟੋਆਂ ਖਿੱਚੋ, ਟਿਵਾਨਾ ਮਦਦ ਕਰੇਗਾ ਤੇਰੀ। ਰੱਬ ਆਪ ਕਿਰਪਾ ਕਰੇਗਾ, ਤੇਰੀ ਝੋਲੀ ਖੁਸ਼ੀਆਂ ਨਾਲ ਭਰੇਗਾ, ਤੂੰ ਫਿਕਰ ਨਾ ਕਰ। ਠੀਕ ਹੈ, ਥੋੜ੍ਹਾ ਐਕਸਪ੍ਰੈਸ਼ਨ ਨਾ ਫੋਟੋ ਅੰਦਰ ਰੋਣ ਵਾਲੇ ਦਿਓ ਤਾਂ ਕਿ ਇਮੋਸ਼ਨਸ ਆਣ ਹੋ, ਥੋੜ੍ਹਾ ਸ਼ਾਬਾਸ਼। ਠੀਕ ਹੈ, ਰੱਬ ਆਪ ਕਿਰਪਾ ਤੁਹਾਡੇ ਖਜ਼ਾਨੇ ਭਰਪੂਰ ਹੋਣਗੇ। ਚਾ ਖਜ਼ਾਨੇ ਪਰ ਸ਼ਾਬਾਸ਼। ਪੜ੍ਹ ਗਿਆ ਵੀਰ ਜੀ, ਬਸ ਬਸ ਪੜ੍ਹ ਗਿਆ ਬੱਚਾ। ਬਲਵੰਤ ਮੇਰੇ ਕੋਲੋਂ ਨਾ ਦੁੱਖ ਨਹੀਂ ਦੇਖਿਆ ਜਾਂਦਾ ਕਿਸੇ ਦਾ, ਕਿਸੇ ਦਾ ਦੁੱਖ ਦੇਖ ਹੀ ਰਿਹਾ। ਹੈਲੋ ਬੁੱਢੀ, ਤੈਨੂੰ ਪ੍ਰਧਾਨ ਸਾਹਿਬ ਦੀਆਂ ਫੋਟੋਆਂ ਭੇਜੀਆਂ ਨੇ, ਹਾਂ ਫਟਾਫਟ ਐਡਿਟ ਉਡਿਟ ਕਰਕੇ ਵਧੀਆ ਜੀ ਪਾ ਦੀ, ਤੇ ਨਾਲੇ ਲਿਖ ਕੇ ਪਾਈ ਕਿ ਪ੍ਰਧਾਨ ਸਾਹਿਬ ਨੇ 3 ਲੱਖ ਰੁਪਏ ਦੀ ਡੋਨੇਸ਼ਨ ਦਿੱਤੀ। ਕਹਿਣਾ ਹੀ ਹੈ ਤਾਂ 5 ਲੱਖ ਕਹਿ ਦੇਣਾ। ਉਹ 5 ਲੱਖ ਦੀ ਡੋਨੇਸ਼ਨ ਦਿੱਤੀ, ਉਹ ਨਾਲੇ ਐਵੀ ਲਿਖੇ ਪਾਈ ਉਹਦੇ ਡਾਕਟਰ ਨੇ ਮੁੰਡਾ ਬਣਨਾ। ਉਹ ਨਹੀਂ ਮੁੰਡਾ ਨੇ ਡਾਕਟਰ ਬਣਨਾ, ਮੁੰਡੇ ਨੇ ਲਿਖ ਕੇ ਪਾਈ ਵਧੀਆ ਜਾ। ਹਾਂ ਤੇ ਨਾਲੇ ਵਟਸਐਪ, ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ, ਫੇਸਬੁੱਕ ਤੇ ਵੀ ਜ਼ਰੂਰ ਪਾਈ। ਟੈਗ ਮਾਰ ਦੇ, ਟੈਗ ਜ਼ਰੂਰ ਮਾਰੀ। ਧਿਆਨ ਨਾਲ ਕੁਲਵੰਤ, ਤੁਸੀਂ ਕਰ ਕੀ ਰਹੇ ਹੋ? ਤੁਸੀਂ ਕੀ ਕਰ ਰਹੇ ਆ? ਇੰਨਾ ਝੂਠ, ਇੰਨਾ ਝੂਠ! ਤੁਸੀਂ ਉਹਨੂੰ ਇੱਕ ਕੌੜੀ ਨਹੀਂ ਦਿੱਤੀ ਤੇ ਕਹਿ ਰਹੇ ਕਿ 5 ਲੱਖ ਰੁਪਏ ਦਿੱਤੇ? ਤੇ ਅਸੀਂ ਉਹਨੂੰ ਅਸੀਸਾਂ ਵੀ ਤਾਂ ਦਿੱਤੀਆਂ ਨੇ ਆਪਣੇ ਦਿਲੋਂ, ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਬਲਵੰਤ। ਦਿਲੋਂ ਅਸੀਸਾਂ ਦੇਤੀਆਂ ਅਸੀਂ ਉਹਨੂੰ, ਤੁਸੀਂ ਕੁਝ ਨਹੀਂ ਹੈ। ਤੁਸੀਂ ਜੋ ਕਰ ਰਹੇ ਹੋ ਨਾ ਠੀਕ ਨਹੀਂ ਕਰ ਰਹੇ ਹੋ, ਤੇ ਸੰਗਤ ਨਾਲ ਝੂਠ ਬੋਲ ਰਹੇ ਹੋ। ਸੰਗਤ ਦਾ ਪੈਸਾ ਤੁਹਾਨੂੰ ਦੇ ਰਹੀ ਹੈ, ਤੁਸੀਂ ਕਹਿ ਰਹੇ ਸੋਨੇ ਦੀਆਂ ਪਾਲਕੀਆਂ, ਬਿਲਡਿੰਗ ਹੋਏਗੀ ਬਿਲਡਿੰਗ ਨੂੰ? ਵੀਰੇ ਇਹ ਪੀਓਪੀ ਦਾ ਜੋ ਡਿਜ਼ਾਈਨ ਹੈ ਬਹੁਤ ਪੁਰਾਣਾ ਹੋ ਗਿਆ ਬਲਵੰਤ, ਦੇਖ ਤੂੰ ਆਪ। ਪਤਾ ਕਿੰਨੀ ਪੁਰਾਣੀ ਬਿਲਡਿੰਗ ਹੈ, ਕਿੰਨੀ ਪੁਰਾਣੀ, 12 ਮਹੀਨੇ ਹੋ ਗਏ ਨੇ ਇਹਨੂੰ ਬਣਾਏ ਹੋਏ, ਆਊਟਡੇਟਡ ਹੋ ਗਈ ਆ, ਨਵੀਂ ਪੀਓਪੀ ਕਰਾਉਣ ਦੇ ਸਾਨੂੰ। ਨਾਲੇ ਸਾਡੇ ਬਲਵੰਤ ਤੇਰਾ ਵੀਰ ਨਾ ਗਰੀਬ ਬਹੁਤ ਹੈ, ਤੇਰੇ ਭਰਾ ਕੋਲ ਪੈਸਾ ਹੈ ਹੀ ਕੋਈ ਨਹੀਂ। ਜੇ ਮੇਰੇ ਕੋਲ ਪੈਸਾ ਹੁੰਦਾ ਨਾ ਮੈਂ 100 ਲੈ ਕੇ, ਤੁਹਾਨੂੰ ਸੱਚੀ ਕਹਿ ਰਿਹਾ, 1 ਨਹੀਂ 2 ਨਹੀਂ ਮੈਂ 4-4 ਸੋਨੇ ਦੀ ਪਾਲਕੀ ਸਾਹਿਬ ਆਪ ਬਣਾ ਲੈਂਦਾ, ਪੈਸਾ ਹੈ ਹੀ ਕੋਈ ਨਹੀਂ ਮੇਰੇ ਕੋਲ। ਕੁਲਵੰਤ ਮੈਂ ਨਹੀਂ ਕਹਿ ਰਿਹਾ ਕਿ ਤੇਰੇ ਕੋਲ ਪੈਸਾ ਹੈ ਜਾਂ ਨਹੀਂ ਹੈ, ਮੈਂ ਕਹਿ ਰਿਹਾ ਕਿ ਜਿਹੜਾ ਸੰਗਤ ਤੁਹਾਨੂੰ ਪੈਸਾ ਦੇ ਰਹੀ ਹੈ ਉਹਦੀ ਸਹੀ ਵਰਤੋਂ ਕੀਤੀ ਜਾਏ। ਇੱਕ ਮਿੰਟ, ਫੋਨ ਆਇਆ। ਹੈਲੋ, ਹਾਂਜੀ, ਚੋਰੀ ਹੋ ਗਈ ਕਿਹਦੇ ਘਰ? ਮੇਰੇ ਘਰ ਚੋਰੀ ਹੋ ਗਈ? ਕੁਲਵੰਤ ਸਿੰਘ ਟਿਵਾਨਾ ਦੇ ਘਰ ਚੋਰੀ ਹੋ ਗਈ? ਕਦੋਂ? ਮੈਂ ਹੁਣੇ ਆ ਰਿਹਾ ਭਰਾ, ਘਰ ਚੋਰੀ ਹੋ ਗਈ, ਜਲਦੀ ਆ ਜਾ, ਚਲੋ ਤੋੜੋ। ਵਾਈਫ ਦਾ ਫੋਨ ਆਇਆ ਮੇਰੀ, ਬਲਵੰਤ ਹੁੰਦੇ ਚਲੇ ਗਈਆਂ ਨੇ।
ਮੈਨੂੰ ਜਾਣ ਵੇਲੇ ਕਿਹਾ ਸੀ ਸੀਗਾ ਦਰਵਾਜ਼ਾ ਲੌਕ ਕਰ ਦੇ, ਇਹਨੇ ਨਹੀਂ ਕੀਤਾ ਹੋਣਾ। ਘਰ ਦੇਖ ਰਹੀ ਅੱਗੇ ਬੈਠ ਕੇ ਕਹਾਣੀ ਕਹਿ ਰਹੀ ਕਹਿ ਰਹੀ ਕੀ ਆਹ ਦੇਖ ਲੈ ਘਰ ਘਰ ਕੀ ਕਹਾਣੀ ਸਾਹਮਣੇ ਆ ਗਈ, ਚੋਰੀ ਕਰਾ ਲਈ ਇੰਨੀ ਵੱਡੀ। ਸਾਰਾ ਕਸੂਰ ਇਹਦਾ ਹੀ ਹੈਗਾ, ਮੈਂ ਤੁਹਾਨੂੰ ਦੱਸ ਰਿਹਾ ਸਾਰਾ ਕਸੂਰ ਇਹਦਾ ਹੀ ਹੈਗਾ। ਅੱਛਾ ਸੁਣ, ਹੈ ਰੋਜ਼ ਦਾ ਘੱਟ ਹੁੰਦਾ, ਪਹਿਲੇ ਗੱਲ ਸੁਣੋ। ਜਿਹੜਾ ਨਵਾਂ ਤੁਹਾਨੂੰ ਇੱਕ ਹਫ਼ਤੇ ਪਹਿਲੇ 9 ਲੱਖਾਂ ਹਾਰ ਲੈ ਕੇ ਦਿੱਤਾ ਸੀਗਾ, ਉਹ ਤਾਂ ਕਿਧਰੇ ਸਾਈਡ 'ਤੇ ਛੁਪਾ ਕੇ ਰੱਖ ਲਿਆ ਸੀ ਨਾ ਚੋਰਾਂ ਕੋਲੋਂ, ਜਾਂ ਉਹ ਵੀ ਦਾਨ 'ਚ ਦੇਤਾ। ਨਹੀਂ ਦੀਵਾਨਾ ਸਾਹਿਬ, ਉਹ 9 ਲੱਖਾਂ ਹਾਰ ਵੀ ਲੈ ਗਏ ਨੇ ਮੇਰਾ। ਬਲਵੰਤ ਹੁਣ ਤਾਂ ਹਾਰਟ ਅਟੈਕ ਪੱਕਾ ਆਉਣਾ ਹੀ, ਦੇਖ ਲਈ ਹੁਣ ਤਾਂ ਹਾਰਟ ਅਟੈਕ ਆ ਕੇ ਰਹੇਗਾ ਦੇਖ ਲਓ। ਟਿਵਾਣਾ ਸਾਹਿਬ ਤੁਹਾਨੂੰ ਇੰਨੀ ਵਾਰੀ ਦੱਸਿਆ ਹਾਰਟ ਇਸ ਪਾਸੇ ਨਹੀਂ ਇਸ ਪਾਸੇ ਹੁੰਦਾ, ਹੁਣ ਲੈ ਲਓ ਹਾਰਟ ਅਟੈਕ। ਥੈਂਕ ਯੂ ਬੇਟਾ, ਥੈਂਕ ਯੂ ਫਾਰ ਗਾਈਡਿੰਗ। ਪਾਗਲ ਹੀ ਹੈ ਯਾਰ, ਬਲਵੰਤ ਗਿਆ ਮੈਂ। ਕੁਲਵੰਤ, ਕੁਲਵੰਤ ਸਿੰਘ, ਉਹ ਕੁਲਵੰਤ ਸਿੰਘ ਦੀਵਾਨੇ। 9 ਲੱਖਾਂ ਚਾਹੀਦਾ, 9 ਲੱਖਾਂ। ਮੈਂ ਮਨਾ ਵੀ ਕੀਤਾ ਸੀ ਆਰਟੀਫਿਸ਼ੀਅਲ ਲੈ ਲੈ, ਕਹਿੰਦੇ ਨੇ ਸਿੱਖੀਆਂ ਦੀ ਨੂੰ ਨੇ ਲਿੱਤਾ, ਮੈਨੂੰ ਵੀ ਲੈ ਕੇ ਦਿਓ। ਮੈਂ ਇਹਨੂੰ ਕਿਹਾ ਚੱਲ ਨਾ ਕੋਈ ਗੱਲ ਨੀ, ਏਦਾਂ ਦਾ ਲੈ ਲਾਂਗਾ ਜਿਹੜਾ ਲੱਗੇਗਾ ਅਸਲੀ ਪਰ ਹੋਏਗਾ ਨਕਲੀ। ਨਾ ਜੀ ਨਾ, ਸੱਜਾਂ ਦੀ ਨੂੰ ਕੋਲ ਪਹਿਲੇ ਵੀ ਸੀ, ਮੇਰੇ ਕੋਲ ਨਹੀਂ ਹੈਗਾ, ਨਹੀਂ ਕਿੱਟੀ ਵਿੱਚ ਜਾਂਦੀ ਹੈ, ਮੈਂ ਕੀ ਦਿਖਾਵਾਂ, ਮੇਰੇ ਕੋਲ ਕੀ ਕਹਿਣੇ ਨੇ। ਸਾਰਾ ਕੁਛ ਲੁੱਟ ਕੇ ਲੈ ਗਏ। ਮੈਂ ਤੈਨੂੰ ਦੱਸਾਂ ਇਹ ਸਭ ਇਹਦੀ ਬਦਤਮੀਜ਼ੀ ਹੈ, ਇਹਦੀ ਗਲਤੀ ਕਰਕੇ ਹੋਇਆ। ਮੈਂ ਤਾਂ ਇਹਦੇ ਨਾਲ ਰਹਿਣਾ ਨਹੀਂ ਚਾਹੁੰਦਾ ਬਲਵੰਤ, ਮੈਨੂੰ ਡਾਈਵੋਰਸ ਦੇ ਦੇਣਾ। ਓਏ ਕੁਲਵੰਤ, ਤਮੀਜ਼ ਨਾਲ ਗੱਲ ਕਰ, ਤੂੰ ਕਿੱਦਾਂ ਗੱਲ ਕਰ ਭਜਾਈ ਨਾਲ, ਡਾਈਵੋਰਸ ਦੇ ਦੇਗਾ? ਨਹੀਂ ਤੂੰ ਭੁੱਲ ਗਿਆ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਨੇ, ਛੋੜਾ ਐਨ ਕਰੇ ਪਖੰਡ, ਨਾ ਸੁਹਾਗ ਨਾ ਉਰੰਡ। ਨਾ ਤੂੰ ਭੁੱਲ ਗਿਆ, ਸੋ ਕਿਉਂ ਮੰਦਾ ਆਖੀ ਜਿੱਤ ਜੰਮੇ ਰਾਜਾ, ਭੁੱਲ ਗਿਆ ਸਾਡੇ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਕਿੰਨੇ ਕੇਸਿਸ ਹੋ ਰਹੇ ਨੇ, ਇਹੀ ਰੀਜ਼ਨ ਹੈ, ਇਹੀ ਰੀਜ਼ਨ ਹੈ ਸਾਡੇ ਤਲਾਕ ਸਭ ਤੋਂ ਜ਼ਿਆਦਾ ਹੋ ਰਹੇ ਨੇ। ਜੇ ਤੇਰਾ ਬੇਟਾ ਦੇਖੇਗਾ ਤੂੰ ਆਪਣੀ ਵੋਟੀ ਨਾਲ ਕੀ ਕਰ ਰਿਹਾ, ਤੂੰ ਕੀ ਸਿੱਖੇਗਾ ਦੱਸ ਮੈਨੂੰ, ਸਮਝ ਨਹੀਂ ਆ ਰਹੀ ਮੈਨੂੰ ਕੀ ਹੋ ਰਿਹਾ। ਮੈਂ ਕੈਨੇਡਾ ਤੋਂ ਪੰਜਾਬ ਆਇਆ ਸੀ ਆਪਣੇ ਪੁੱਤਰ ਨੂੰ ਲੈ ਕੇ ਕਿ ਇੱਥੇ ਆ ਕੇ ਕੁਛ ਸਿੱਖੇਗਾ, ਸਿੱਖੀ ਬਾਰੇ ਅੱਗੇ ਜਾਏਗਾ, ਪਰ ਮੈਨੂੰ ਤਾਂ ਲੱਗ ਰਿਹਾ ਮੈਨੂੰ ਬਰਬਾਦ ਕਰ ਦਿਆਂਗਾ ਇੱਥੇ ਆ ਕੇ। ਸਵੇਰ ਦਾ ਮੈਂ ਦੇਖ ਰਿਹਾ ਨਾਟਕਬਾਜ਼ੀ ਹੋ ਰਹੀ ਹੈ। ਵਰਤ ਗੁਰਬਾਣੀ ਕਹਿੰਦੀ ਹੈ ਛੋਰੇ ਅਨ ਕਰੇ ਪਖੰਡ, ਨਾ ਸੁਹਾਗਨ ਔਰ ਰੰਡ, ਭੁੱਲ ਗਿਆ ਤੂੰ ਜਦ ਮੈਂ ਬੁਲਾਈ ਫਤਿਹ, ਤੂੰ ਤੂੰ ਕੀ ਕਿਹਾ ਵਾਹਿ ਖਾਲਸਾ ਵਾਹਿ ਫਤਿਹ, ਫਤਿਹ ਐ ਹੁੰਦੀ ਹੈ? ਉਹ ਫਤਿਹ ਪਤਾ ਕਦੋਂ ਮਿਲੀ ਸੀ, ਜਦੋਂ ਭਗਾਣੀ ਦਾ ਪਹਿਲਾ ਯੁੱਧ ਜਿੱਤਿਆ ਸੀ ਗੁਰੂ ਪਾਤਸ਼ਾਹ ਨੇ, ਤਾਂ ਉਹਨਾਂ ਨੇ ਕਿਹਾ ਸੀ ਫਤਿਹ ਸਾਡੀ ਨਹੀਂ ਅਕਾਲ ਪੁਰਖ ਦੀ ਹੋਈ ਹੈ, ਤਾਂ ਉਹਨਾਂ ਨੇ ਕਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤੂੰ ਭੁੱਲ ਗਿਆ, ਕਿਰਤ ਕਰੋ ਨਾਮ ਜਪੋ ਵੰਡ ਛਕੋ, ਕਿਰਤ ਤਾਂ ਮੈਂ ਤੈਨੂੰ ਇੱਕ ਵਾਰੀ ਵੀ ਨਹੀਂ ਦੇਖਿਆ ਕਰਦੇ ਹੋਏ, ਤੇ ਕੀ ਕਰ ਰਿਹਾ ਪ੍ਰਧਾਨਗੀ ਸਿਰਫ, ਕੀ ਹੈ ਤੇਰਾ ਕਿਰਤ ਨੇ, ਨਾਮ ਤੂੰ ਜਪਿਆ ਨਹੀਂ, ਤੇ ਵੰਡ ਛਕਣ ਦੀ ਗੱਲ ਆਈ ਤੇ ਵਿਚਾਰਾ ਗਰੀਬ ਤੇਰੇ ਕੋਲ ਆਇਆ, ਤੂੰ ਸੰਗਤ ਦਾ ਪੈਸਾ ਵੀ ਮਾਰ ਗਿਆ, ਤੈਨੂੰ ਦਿੱਤਾ ਨਹੀਂ। ਤੂੰ ਜੋ ਕਰ ਰਿਹਾ ਨਾ ਕੁਲਵੰਤ ਠੀਕ ਨਹੀਂ ਕਰ ਰਿਹਾ, ਬਹੁਤ ਗਲਤ ਕਰ ਰਿਹਾ, ਤੇ ਤੂੰ ਦੇਣਦਾਰ ਹੋਏਗਾ, ਤੂੰ ਹੀ ਦੇਣਦਾਰ ਹੋਏਗਾ ਇਸਦਾ। ਬਲਵੰਤ ਮੈਨੂੰ ਮਾਫ ਕਰ ਦੇ ਵੀਰ, ਤੂੰ ਬਿਲਕੁਲ ਠੀਕ ਹੈ, ਜੋ ਵੀ ਮੈਂ ਕਰ ਰਿਹਾ ਨਾ ਉਹ ਗਲਤ ਹੈ, ਜੋ ਵੀ ਇਹ ਕਰ ਰਹੇ ਨੇ ਨਾ ਉਹ ਗਲਤ ਹੈ, ਸਹੀ ਕਹਿ ਰਿਹਾ। ਅੱਜ ਸਾਨੂੰ ਲੰਗਰ ਨਾ ਇਹ ਹਰ 50-100 ਮੀਟਰ ਤੋਂ ਬਾਅਦ ਨਾ ਨਗਰ ਕੀਰਤਨਾਂ ਦੇ ਵਿੱਚ ਲੰਗਰ ਦੇ ਨਵੇਂ ਸਟਾਲ ਨਹੀਂ ਲਗਾਉਣੇ ਚਾਹੀਦੇ। ਜੇ ਵਾਕਈ ਲੰਗਰ ਲਗਾਉਣਾ ਹੈ ਨਾ, ਜੇ ਵਾਕਈ ਗੁਰੂ ਪਿਤਾ ਨੂੰ ਖੁਸ਼ ਕਰਨਾ ਹੈ ਨਾ, ਜੇ ਵਾਕਈ ਉਹਨਾਂ ਦੀ ਦਿੱਤੀ ਸਿੱਖਿਆ ਦੇ ਉੱਪਰ ਪਹਿਰਾ ਦੇਣਾ, ਤਾਂ ਸਾਨੂੰ ਐਜੂਕੇਸ਼ਨ ਦੇ ਲੰਗਰ ਉਹ ਲਗਾਉਣੇ ਚਾਹੀਦੇ ਨੇ। ਸੋਨੇ ਦੀ ਪਾਲਕੀ ਨਹੀਂ, ਸੋਨੇ ਦੇ ਸਿੰਘ ਸਜਾਉਣੇ ਚਾਹੀਦੇ ਨੇ ਸਾਨੂੰ, ਜਿਨ੍ਹਾਂ ਦੇ ਅੰਦਰ ਇੰਨੀ ਕੁ ਬਾਣੀ ਹੋਏ। ਅਤੇ ਤੂੰ ਇਹ ਭੁੱਲ ਕਿੱਦਾਂ ਗਿਆ? ਬਲਵੰਤ ਗਲਤੀ ਹੋ ਗਈ ਮੇਰੇ ਕੋਲੋਂ, ਪਰ ਗੱਲ ਇਹ ਵੀ ਹੈ ਜੇ ਲੰਗਰ ਦੇ ਸਟਾਲ ਅਸੀਂ ਲਗਵਾ ਰਹੇ ਹਾਂ ਤਾਂ ਲਗਾਉਣ ਵਾਲੇ ਕੌਣ ਨੇ? ਇਸ ਗੱਲ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ, ਇਹ ਜਿੱਦ ਤੋਂ ਸਾਨੂੰ ਸਾਰਿਆਂ ਨੂੰ ਪਿੱਛੇ ਹਟਣਾ ਚਾਹੀਦਾ, ਸਿਰਫ ਇੱਕ ਦੇ ਪਿੱਛੇ ਹਟਣ ਨਾਲ ਕੁਛ ਨਹੀਂ ਹੋਏਗਾ। ਮੈਂ ਮੰਨਦਾ ਵੀਰ ਮੇਰੇ ਕੋਲੋਂ ਗਲਤੀ ਹੋ ਗਈ, ਔਰ ਮੈਂ ਇਹ ਵੀ ਮੰਨਦਾ ਕਿ ਅਗਰ ਅਸੀਂ ਇੱਕਜੁੱਟ ਹੋ ਕੇ ਆਪਣੀ ਪਨੀਰ ਨੂੰ ਐਜੂਕੇਟ ਕਰ ਦਈਏ, ਉਹਨਾਂ ਨੂੰ ਵੈਲਿਊ ਬੇਸਡ ਐਜੂਕੇਸ਼ਨ ਦਵਾ ਦਈਏ, ਅਗਰ ਇੱਕਜੁੱਟ ਹੋ ਕੇ ਅਸੀਂ ਸਿੱਖ ਮੀਡੀਆ ਆਪਣਾ ਅਲੱਗ ਖੜਾ ਕਰ ਦਈਏ, ਅੱਜ ਲੋਕ ਸਾਨੂੰ ਆਪਣੀ ਗੱਲਾਂ ਦੱਸ ਸਕਦੇ ਨੇ, ਆਪਣਾ ਇਤਿਹਾਸ ਦੱਸ ਸਕਦੇ ਨੇ, ਸਾਡੇ ਕੋਲ ਕੋਈ ਮੀਡੀਆ ਵੀ ਨਹੀਂ ਆ ਕਿ ਅਸੀਂ ਆਪਣਾ ਇਤਿਹਾਸ ਦੱਸ ਸਕੀਏ। ਹਰ ਚੈਨਲ ਦੇ ਉੱਪਰ ਅੱਜ ਵੱਖਰੇ ਵੱਖਰੇ ਸਮੇਂ ਦੇ ਹਿਸਟੋਰੀਕਲ ਪ੍ਰੋਗਰਾਮਸ ਆ ਰਹੇ ਨੇ, ਵਧੀਆ ਤੋਂ ਵਧੀਆ ਕਹਾਣੀਆਂ ਲਿਖ ਕੇ ਉਹ ਸਟੋਰੀਜ਼ ਬਣਾ ਰਹੇ ਨੇ, ਪਰ ਸਾਡਾ ਇਤਿਹਾਸ ਕਿੱਥੇ ਗਿਆ? ਕਿ ਉਹ ਇਤਿਹਾਸ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਪਾ ਰਹੇ ਹਾਂ? ਕੋਈ ਵੱਡਾ ਨਿਊਜ਼ ਪੇਪਰ ਦੱਸਦੇ ਜਿਸਦਾ ਓਨਰ ਕੋਈ ਗੁਰਸਿੱਖ ਹੋਏ, ਕੋਈ ਵਧੀਆ ਤੋਂ ਵੱਡੇ ਤੋਂ ਵੱਡਾ ਚੈਨਲ ਦੱਸਦੇ
ਅਸੀਂ ਕਿਧਰੇ ਵੀ ਨਹੀਂ ਹਾਂ ਮੀਡੀਆ ਦੇ ਵਿੱਚ। ਬਾਕੀ ਜਿੱਥੇ ਤੱਕ ਮੇਰੀ ਗੱਲ ਹੈ ਬਲਵੰਤ, ਮੈਂ ਆਪਣੀ ਗੱਲਾਂ ਦੇ ਆਪਣੀ ਗਲਤੀਆਂ ਦੇ ਲਈ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨਦਿਆਂ ਮੈਂ ਉਹਨਾਂ ਕੋਲੋਂ ਮਾਫ਼ੀ ਮੰਗਦਾ, ਔਰ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਹੋਏਗੀ। ਵਾਅਦਾ ਕਰੇਗਾ? ਵਾਅਦਾ ਹੈ। ਟਿਵਾਣਾ ਸਾਹਿਬ ਇੱਕ ਮਿੰਟ ਇੱਥੇ ਆਉਣਾ, ਇੱਕ ਮਿੰਟ, ਫੈਮਿਲੀ ਮੈਟਰ ਆ ਗਿਆ ਦੁਬਾਰਾ ਤੋਂ। ਉਹ ਸਭ ਤਾਂ ਠੀਕ ਹੈ, ਪਰ ਮੇਰੀ ਹਾਰਲੀ ਡੇਵਿਡਸਨ ਦਾ ਕੀ ਹੋਇਆ? ਉਹ ਅਨੂ ਦੇਖ ਲਾ, ਹੋਏ ਅਨੂ ਹਾਲੇ ਵੀ ਹਾਰਲੀ ਡੇਵਿਡਸਨ ਦੀ ਮਾਨਾ ਤਾਂ ਸੁਣ ਸੁਣ ਪਾਲੋ, ਮੇਰੀ ਗੱਲ ਤਾਂ ਸੁਣ ਲਓ। ਮੈਂ ਉਹੀ ਤੇ ਕਹਿ ਰਿਹਾ, ਮੈਨੂੰ ਹਾਰਲੀ ਡੇਵਿਡਸਨ ਨਹੀਂ ਚਾਹੀਦੀ। ਜਿਹੜਾ ਪੈਸਾ ਤੁਸੀਂ ਮੇਰੀ ਹਾਰਲੀ ਡੇਵਿਡਸਨ 'ਚ ਲਗਾ ਰਹੇ ਸੀ, ਉਹ ਪੈਸੇ ਸੰਗਤ 'ਚ ਲਗਾਓ, ਗਰੀਬਾਂ ਲਈ ਲਗਾਓ, ਐਜੂਕੇਸ਼ਨ ਲਈ ਲਗਾਓ, ਜਿਹਦੇ ਨਾਲ ਸਾਡੀ ਕੌਮ ਦੀ ਚੜ੍ਹਦੀ ਕਲਾ ਹੋ ਸਕੇ। ਦੀਵਾਨਾ ਦਾ ਸਨ, ਦੇਖਿਆ ਕਿੰਨਾ ਲਾਇਆ ਕਿ ਦੀਵਾਨਾ ਦਾ ਸਨ। ਸ਼ਾਬਾਸ਼ ਬੇੜਾ, ਸ਼ਾਬਾਸ਼, ਫਿਊਚਰ ਆਈ ਮਰੇ। ਸਭ ਟਿਵਾਨਾ ਕਰੇਗਾ ਕਿੱਦਾਂ? ਉਹ ਟਿਵਾਨਾ ਦੇ ਕੋਲ ਤੇ ਹੁਣ ਫੰਡਸ ਹੀ ਨਹੀਂ ਰਹੇ ਨੇ, ਸਾਰੇ ਤਾਂ ਉਹ ਲੁੱਟ ਕੇ ਲੈ ਗਏ ਨੇ, ਹੁਣ ਕਿੱਦਾਂ ਕਰਾਂਗਾ ਮੈਂ? ਟਿਵਾਨਾ ਸਾਹਿਬ, ਤੁਸੀਂ ਵੀ ਨਾ ਛੋਟੀਆਂ ਛੋਟੀਆਂ ਗੱਲਾਂ ਤੇ ਟੈਨਸ਼ਨ ਲੈ ਲੈਂਦੇ ਹੋ। ਉਹ ਤੁਹਾਡਾ ਪੈਸਾ ਕਿੱਥੇ ਨਹੀਂ ਗਿਆ? ਇਹ ਤੇ ਮੇਰੀ ਮੰਮੀ ਤੇ ਮੇਰੇ ਦੋਸਤਾਂ ਦੀ ਟ੍ਰਿਕ ਸੀ ਤੁਹਾਨੂੰ ਨਾ ਸਿੱਧੇ ਰਸਤੇ ਲਾਉਣ ਲਈ। ਇਹ ਕਿਹੜਾ ਸਿੱਧਾ ਰਸਤਾ ਹੋਇਆ ਬੇਟਾ? ਤੁਹਾਡੇ ਵਰਗੇ ਬੰਦੇ ਲਈ ਇਹੀ ਸਿੱਧਾ ਰਸਤਾ ਹੈ। ਮਿਸਿਸ ਟਿਵਾਨਾ, ਤੁਸੀਂ ਵੀ ਸਕੀਮਾਂ ਖੇਡ ਕੇ ਮੇਰੇ ਨਾਲ। ਬੇਟਾ ਸਾਰੀ ਗੱਲਾਂ ਛੱਡ, ਉਹ ਕਿੱਥੇ ਸਾਰਾ? ਓਏ ਚਲੋ ਲਿਓ ਲਿਓ, ਪੈਸਾ ਹੋ ਗਿਆ ਬਲਵੰਤ ਬਾਬੂ। ਓ ਯਾਰ ਇੱਕ ਗੱਲ ਦੱਸ, ਕਿੰਨੇ ਲੁੱਟ ਕੇ ਤੇ ਬਾਪੂ ਨੇ ਮਾਲ ਇਕੱਠਾ ਕੀਤਾ? ਉਹ ਚੁੱਪ ਕਰੋ, ਚੁੱਪ ਕਰੋ ਪਾਪਾ, ਕੀ ਸੱਚੀ ਹੈ? ਚੁੱਪ ਬੈਠ ਕੇ ਰੁਕ ਗਈ ਯਾਰ। ਕੀ ਕਹਿ ਰਹੇ ਮੇਰੇ ਬਾਰੇ ਕੁਛ ਕਹਿ ਰਹੇ ਸੀ? ਪਾਪਾ ਕੁਛ ਨਹੀਂ ਕਹਿ ਰਹੇ, ਉਹ ਤੇ ਇਹੀ ਕਹਿ ਰਹੇ ਬਸ, ਇਹਦੇ 'ਚ ਤੁਹਾਡਾ ਕੈਸ਼ ਹੈ, ਇਹਦੇ 'ਚ ਗੋਲਡ ਤੇ ਹੋਰ ਇਹ ਕਾਗਜ਼। ਕੈਸ਼ ਦੇਖ ਲਓ ਮੇਰਾ ਕਿੰਨਾ ਕਿਊਟ ਹੈ, ਆਹ ਦੇਖ ਲਓ ਹੈ ਕਿਊਟ ਜਿਹੇ ਬੱਚੇ ਤੋਂ ਲੈ ਕੇ। ਤਾਂ ਕੈਸ਼ ਵੀ ਆ ਗਿਆ ਤੇ ਗੋਲਡ ਵੀ ਆ ਗਿਆ ਤੇ ਪ੍ਰਾਪਰਟੀ ਦੇ ਪੇਪਰ ਵੀ ਆ ਗਏ, ਹੁਣ ਕੀ ਕਰੇਗਾ ਟਿਵਾਣੇ? ਬਲਵੰਤ ਜੋ ਵਾਅਦਾ ਕੀਆ ਉਹ ਨਿਭਾਉਣਾ ਪਵੇਗਾ, ਆਈ ਮੀਨ ਜੋ ਵਾਅਦਾ ਕੀਤਾ ਸੀਗਾ ਉਸ ਤੇ ਖਰੇ ਉਤਰਾਂਗੇ। ਬਿਲਕੁਲ ਪ੍ਰੋਮਿਸ ਹੈ ਕਿ ਹੁਣ ਦਸਵੰਤ ਦੀ ਵਰਤੋਂ ਕੌਮ ਦੀ ਚੜ੍ਹਦੀ ਕਲਾ ਲਈ ਹੋਏਗੀ, ਐਜੂਕੇਸ਼ਨ ਦੇ ਉਪਰਾਲਿਆਂ ਲਈ ਹੋਏਗੀ, ਇਹ ਮੇਰਾ ਵਾਅਦਾ ਹੈ। ਕਿਉਂ ਬਈ, ਨਿਭਾਉਣਾ ਤਾਂ ਦੀਵਾਨਾ? ਬਿਲਕੁਲ ਜੀ, ਅਸੀਂ ਵਾਅਦਾ ਕਰਦੇ ਹਾਂ ਸੰਗਤ ਦੇ ਪੈਸੇ ਦੀ ਕਦੀ ਦੁਰਵਰਤੋਂ ਨਹੀਂ ਕਰਾਂਗੇ, ਔਰ ਉਹਨਾਂ ਨੂੰ ਸਹੀ ਜਗ੍ਹਾ ਖਰਚ ਕਰਿਆ ਕਰਾਂਗੇ। ਸ਼ਾਬਾਸ਼, 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 ਵੈਰੀ ਗੁੱਡ। ਕੈਸ਼ ਆ ਗਿਆ, ਕਾਗਜ਼ ਪੱਤਰ ਆ ਗਏ, ਗੋਲਡ ਵੀ। ਉਹ ਟੋਨੀ ਤੇਰੀ ਰਿਪੋਰਟ ਕਾਰਡ ਕਿੱਥੇ ਗਈ? ਉਹ ਕਿੱਧਰ ਹੈ? ਉਹ ਤੇ ਮੈਂ ਜਲਾਤੀ, ਆ ਮਜ਼ਾਕ ਕਰਦਾ ਪਾਪਾ ਜੀ, ਮਖੌਲ ਕਰਦਾ। ਦੇਖਿਆ ਹੁਣ ਤੇ ਮੰਨਦਾ ਕਿ ਨਹੀਂ ਮੰਨਦਾ? ਫਿਊਚਰ ਆਈਪੀਐਸ ਹੈਗਾ, ਫਿਊਚਰ ਆਈਪੀਐਸ, ਫਿਊਚਰ ਆਈਪੀਐਸ ਹੈ ਪੱਕਾ। ਸ਼ਾਬਾਸ਼। ਸੁਸਾਧ ਸੰਗਤ ਜੀ, ਇੱਕ ਛੋਟੀ ਜਿਹੀ ਪੇਸ਼ਕਸ਼ ਸਾਡੀ ਟੀਮ ਵੱਲੋਂ। ਅਸੀਂ ਚਾਹੁੰਦੇ ਸੀਗੇ ਕਿ ਜਦੋਂ 550 ਸਾਲ ਅਸੀਂ ਸ਼ਤਾਬਦੀ ਮਨਾ ਰਹੇ ਹਾਂ ਤਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੀਏ। ਸਾਨੂੰ ਜੋ ਗੁਰੂ ਦੇ ਉਪਦੇਸ਼ ਨੇ, ਕਿਧਰੇ ਨਾ ਕਿਧਰੇ ਲੱਗਦਾ ਕਿ ਅੱਜ ਜਦੋਂ ਅਸੀਂ ਸੁਸਾਇਟੀ ਦੇ ਵਿੱਚ ਵਿਚਰ ਰਹੇ ਹਾਂ, ਅਸੀਂ ਇਹ ਗੱਲ ਖਾਸ ਦੇਖੀਏ ਕਿ ਜੋ ਸਾਨੂੰ ਗੁਰੂਆਂ ਨੇ ਸਿਖਾਇਆ ਅਸੀਂ ਬਿਲਕੁਲ ਉਸਦੇ ਓਪੋਜ਼ਿਟ ਜਾਂਦੇ ਜਾ ਰਹੇ ਹਾਂ। ਜਿਵੇਂ ਕਿ ਇਸ ਪਲੇਅ ਦੇ ਅੰਦਰ, ਸਟਾਇਰ ਦੇ ਅੰਦਰ ਅਸੀਂ ਆਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਜਿਹੜੀ ਚੀਜ਼ਾਂ ਅਸੀਂ ਗੁਰੂ ਨਾਨਕ ਸਾਹਿਬ ਤੋਂ ਲਿੱਤੀਆਂ ਨੇ ਅਸੀਂ ਉਸਦੇ ਬਿਲਕੁਲ ਓਪੋਜ਼ਿਟ ਕੰਮ ਕਰ ਰਹੇ ਹਾਂ। ਸੋ ਹੱਥ ਜੋੜ ਕੇ ਬੇਨਤੀ ਹੈ, ਜੇ ਤੁਹਾਨੂੰ ਕੁਝ ਬੁਰਾ ਲੱਗਿਆ ਹੋਇਆ ਜਾਂ ਕੁਝ ਗਲਤ ਲੱਗਿਆ ਹੋਇਆ ਤਾਂ ਹੱਥ ਜੋੜ ਕੇ ਮਾਫ਼ੀ। ਲੇਕਿਨ ਸਿਰਫ ਔਰ ਸਿਰਫ ਇੱਕ ਮੈਸੇਜ ਦੇਣ ਦੇ ਲਈ ਇਹ ਐਕਟ ਕੀਤਾ ਗਿਆ, ਔਰ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਇਹੋ ਜਿਹੇ ਮੈਸੇਜਿਸ ਨੂੰ ਇਹੋ ਜਿਹੇ ਐਕਟ ਨੂੰ ਅਸੀਂ ਸ਼ੇਅਰ ਕਰੀਏ। ਕਿਉਂ ਬਲਵੰਤ? ਬਿਲਕੁਲ ਕੁਲਵੰਤ, ਚਾਹੇ ਸਾਡਾ ਪਲੇਅ ਜੋ ਇੱਕ ਮਜ਼ਾਕ ਸੀ, ਪਰ ਜੋ ਅਸੀਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਉਹ ਮਜ਼ਾਕ ਨਹੀਂ, ਉਹ ਹਕੀਕਤ ਨੇ ਜੋ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਹੋ ਰਹੀਆਂ ਨੇ ਸਾਡੇ ਪੰਥ ਦੇ ਵਿੱਚ। ਸੋ ਇਹ ਜੋ ਵੀ ਅਸੀਂ ਘਾਟ ਦੇਖ ਰਹੇ ਹਾਂ, ਘਾਟ ਸਿਰਫ ਇੱਕ ਵੱਲੋਂ ਨਹੀਂ ਹੁੰਦੀ, ਦੋਨਾਂ ਵੱਲੋਂ ਹੁੰਦੀ ਹੈ। ਸੋ ਅਸੀਂ ਚਾਹਵਾਂਗੇ ਤੁਸੀਂ ਸਾਧ ਸੰਗਤ ਇਹ ਪ੍ਰਣ ਕਰੋ ਅਤੇ ਵਾਅਦਾ ਕਰੋ ਕਿ ਆਪਣਾ ਜਿਹੜਾ ਪੈਸਾ ਹੈਗਾ, ਗੁਰੂ ਜੋ ਕਹਿੰਦੇ ਨੇ ਕਿ ਅਕਲੀ ਕੀਚੇ ਦਾਨ, ਤਾਂ ਉਹਨੂੰ ਸਹੀ ਵਰਤੋਂ ਕੀਤੀ ਜਾਏ, ਬੱਚਿਆਂ ਦੀ ਐਜੂਕੇਸ਼ਨ ਹੀ ਲਗਾਈ ਜਾਣ। ਸੋ ਕਿੱਥੇ ਗਲਤ ਉਹਦੀ ਵਰਤੋਂ ਨਾ ਕੀਤੀ ਜਾਏ। ਸੋ ਇਹਨਾਂ ਆਖਰ ਦੇ ਨਾਲ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਏ ਤਾਂ ਸਾਨੂੰ ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।